ਹੈਲੋ, ਕੀ ਹਾਲ ਨੇ ਜੀ ਤੁਹਾਡੇ ਸਭ ਦੇ? ਪਲੱਸ ਟੂ ਦੇ ਬੇਸਿਸ 'ਤੇ ਅੰਡਰ ਗ੍ਰੈਜੂਏਟਸ ਦੀਆਂ ਜੋ ਪੋਸਟਾਂ ਸੀ ਰੇਲਵੇ ਦੇ ਵਿੱਚ ਆਈਆਂ ਸੀ, ਮੈਂ ਉਹਨਾਂ ਦੇ ਬਾਰੇ ਦੱਸਿਆ ਸੀ ਭਾਈ ਵੀ ਇਹ ਤੁਹਾਡੀਆਂ ਪੋਸਟਾਂ ਨੇ ਜਿਹੜੀਆਂ ਕਲਰਕ ਟਾਈਪਿਸਟ ਦੀਆਂ ਆਈਆਂ ਨੇ, ਅਤੇ ਕਾਫੀ ਬੱਚਿਆਂ ਦੇ ਜੋ ਮੈਸੇਜਸ ਐਂਡ ਕਮੈਂਟਸ ਕਾਲਸ ਆਈਆਂ ਨੇ ਕਿ ਸਰ ਇਹਦੀ ਪੂਰੀ ਨੋਟੀਫਿਕੇਸ਼ਨ ਪਾ ਦਿੱਤੀ ਜਾਵੇ, ਬੱਚਿਆਂ ਨੂੰ ਕਾਫੀ ਕਨਫਿਊਜ਼ ਸੀ ਨੋਟੀਫਿਕੇਸ਼ਨ ਦੇ ਵਿੱਚ, ਗਰਲਜ਼ ਅਪਲਾਈ ਕਰ ਸਕਦੀਆਂ ਨੇ, ਠੀਕ ਹੈ ਜੀ, ਕੀ ਕੁਆਲੀਫਿਕੇਸ਼ਨ ਚਾਹੀਦੀ ਹੈ, ਟਾਈਪਿੰਗ ਕਿਹਦੇ ਲਈ ਚਾਹੀਦੀ ਹੋਊਗੀ, ਕਿੰਨੀ ਫੀਸ ਚਾਹੀਦੀ ਹੈ, ਅਤੇ ਕੀ ਕਦੋਂ ਐਗਜ਼ਾਮ ਹੋਏਗਾ, ਕਿਸ ਤਰ੍ਹਾਂ ਦਾ ਐਗਜ਼ਾਮ ਹੋਏਗਾ। ਤਾਂ ਫਿਰ ਮੈਂ ਸੋਚਿਆ ਵੀ ਤੁਹਾਡੀ ਇਹਦੀ ਕੰਬਾਈਨ ਵੀਡੀਓ ਹੀ ਬਣਾ ਦਿੰਦੇ ਹਾਂ, ਸਭ ਦੀ ਕਨਫਿਊਜ਼ਨ ਹੀ ਦੂਰ ਕਰ ਦਿੰਦੇ ਹਾਂ, ਠੀਕ ਹੈ ਜੀ। ਤਾਂ ਇਹ 12ਵੀਂ ਵਾਲੀ ਜੋ ਪੋਸਟ ਆਈ ਹੈ ਉਹਦੇ ਰਿਲੇਟਡ ਹੈ ਭਾਈ, NTPC ਦੀ ਪੋਸਟ ਆਈ ਹੈ, ਰੇਲਵੇ ਦੇ ਵਿੱਚ RRB ਦੀਆਂ ਪੋਸਟਾਂ ਆਈਆਂ ਨੇ, ਉਹਦੇ ਵਿੱਚ ਇਹਨਾਂ ਨੇ ਅੰਡਰ ਗ੍ਰੈਜੂਏਟ ਹੈ ਜਿਹੜੇ ਰੱਖਣੇ 3400 ਤੋਂ ਉੱਪਰ ਰੱਖਣੇ ਨੇ ਇਹਨਾਂ ਨੇ, ਉਹਨਾਂ ਦੇ ਲਈ ਇਹ ਵੀਡੀਓ ਹੈ। ਤੁਸੀਂ ਹੋਰ ਕਿਸੇ ਉਹਦੇ ਲਈ ਦੇਖ ਰਹੇ ਹੋਗੇ ਤਾਂ ਤੁਹਾਡੇ ਲਈ ਵੀਡੀਓ ਹੈ ਨਹੀਂ, ਬਟ ਜੇ ਤੁਸੀਂ ਅਗਰ ਅਪਲਾਈ ਕਰਨਾ ਤਾਂ ਦੋ ਟੈਸਟ ਹੋਣਗੇ, ਹਾਂ ਜੋ ਸਟੱਡੀ ਆ ਉਹ ਵਧੀਆ ਚਾਹੀਦੀ ਹੈਗੀ, ਇਹਦੇ ਲਈ ਤੁਸੀਂ ਪੋਸਟ ਅਪਲਾਈ ਕਰ ਸਕਦੇ ਹੋ, ਅਤੇ ਇਸੇ ਦੇ ਲਈ ਤੁਸੀਂ ਅੱਗੇ ਵੀਡੀਓ ਪ੍ਰੋਸੀਡ ਕਰ ਸਕਦੇ ਹੋ। ਅਗਰ ਤੁਸੀਂ ਹਾਰਡ ਵਰਕਿੰਗ ਵਾਲੇ ਨਹੀਂ ਹੈ ਤਾਂ ਵੀਡੀਓ ਛੱਡ ਸਕਦੇ ਹੋ, ਠੀਕ ਹੈ। ਤਾਂ ਜਿਨ੍ਹਾਂ ਨੇ ਭਰਨਾ ਉਹਨਾਂ ਨੂੰ ਆਪਾਂ ਕੰਪਲੀਟ ਤਿਆਰ ਜਾਣਕਾਰੀ ਜਿਹੜੀ ਦੇ ਦਿੰਦੇ ਹਾਂ ਕੀ ਹੈ ਇਹਦੇ ਵਿੱਚ, ਠੀਕ ਹੈ। ਨੋਟੀਫਿਕੇਸ਼ਨ ਮੈਂ ਹੁਣ ਤੁਹਾਡਾ ਇਹ ਪਾਤਾ ਸੀ, ਆਪਣਾ ਚੈਨਲ ਹੈਗਾ DD ਅਕੈਡਮੀ ਦਾ, ਅਫੀਸ਼ਲ ਜਿਹੜਾ ਚੈਨਲ ਹੁੰਦਾ ਟੈਲੀਗ੍ਰਾਮ 'ਤੇ ਉਹ ਬਣਿਆ ਹੋਇਆ ਹੈਗਾ DDA43 DD ਅਕੈਡਮੀ PK, ਉਹ 'ਤੇ ਮੈਂ ਨੋਟੀਫਿਕੇਸ਼ਨ ਪਾ ਦਿੱਤਾ ਸੀ। ਬਟ ਫਿਰ ਵੀ ਕਈ ਬੱਚਿਆਂ ਨੂੰ ਜੋ ਪ੍ਰੋਬਲਮ ਹੈ ਉਹ ਹੋਈ ਹੈਗੀ ਕਿ ਉਹਨਾਂ ਦਾ ਨੋਟੀਫਿਕੇਸ਼ਨ ਸੀ ਜਿਹੜਾ ਉਹ ਇੰਗਲਿਸ਼ ਦੇ ਵਿੱਚ ਸੀ, ਤਾਂ ਕਾਫੀ ਚੀਜ਼ਾਂ ਸਮਝ ਨਹੀਂ ਆਈਆਂ, ਤਾਂ ਆਪਾਂ ਕਰ ਲੈਂਦੇ ਹਾਂ ਯਾਰ, ਏਡੇ ਕੀ ਚੱਕਰ ਹੈ, 10 ਮਿੰਟ ਜਿਹੜੇ ਲੇਟ ਵੱਗ ਜਾਵਾਂਗੇ ਘਰੇ, ਕੋਈ ਇਸ਼ੂ ਨਹੀਂ। ਚਲੋ ਇਹਨੂੰ ਆਪਾਂ ਦੇਖ ਲੈਂਦੇ ਹਾਂ। ਹੁਣ ਇਹਦੇ ਵਿੱਚ ਜਿਹੜੀਆਂ ਪੋਸਟਾਂ ਆਈਆਂ ਨੇ ਭਾਈ, ਸਭ ਤੋਂ ਪਹਿਲਾਂ ਆਪਾਂ ਡੇਟਸ ਲੈ ਕੇ ਚੱਲ ਲੈਂਦੇ ਹਾਂ, ਪਹਿਲੇ ਨੰਬਰ 'ਤੇ ਡੇਟਸ ਹੀ ਆ ਚੁੱਕੀਆਂ ਨੇ ਇਹਨਾਂ ਦੀਆਂ। ਤਾਂ ਇਹ ਕਹਿੰਦੇ ਤੁਸੀਂ ਔਨਲਾਈਨ ਰਜਿਸਟ੍ਰੇਸ਼ਨ ਹੈ ਜਿਹੜੀ ਆਪਣੀ ਉਹ ਕਰ ਸਕਦੇ ਹੋ, 21/9 ਤੋਂ 21 ਸਪਟੰਬਰ ਤੋਂ ਜਿਹੜੀ ਔਨਲਾਈਨ ਰਜਿਸਟ੍ਰੇਸ਼ਨ ਹੈ ਤੁਹਾਡੀ ਉਹ ਸ਼ੁਰੂ ਹੋਊਗੀ, ਠੀਕ ਹੈ ਜੀ। ਅਤੇ ਕਲੋਜ਼ਿੰਗ ਹੋਊਗੀ ਉਹਦੀ 20/10 ਨੂੰ, ਅਤੇ ਡੇਟ ਹੈ ਜਿਹੜੀ ਫੀਸ ਪੇਮੈਂਟ ਦੀ ਜਿਹੜੀ ਕਲੋਜ਼ਿੰਗ ਡੇਟ ਆ ਉਹ 21/10 ਹੈਗੀ, ਠੀਕ ਹੈ ਜੀ। ਇਸ ਤੋਂ ਬਾਅਦ ਮੋਡੀਫਿਕੇਸ਼ਨ ਵਿੰਡੋ ਜਾਂ ਕਰੈਕਸ਼ਨ ਵਿੰਡੋ ਹੈ, ਜਿਹਦੇ ਵਿੱਚ ਕਾਫੀ ਜ਼ਿਆਦਾ ਕੁਸ਼ਚਨ ਜਾਂ ਸਵਾਲ ਹੈ ਜਿਹੜੇ ਮੈਨੂੰ ਆਉਂਦੇ ਹੁੰਦੇ ਨੇ ਇੰਸਟਾਗ੍ਰਾਮ 'ਤੇ, ਸਾਡੀ ਇਹ ਪ੍ਰੋਬਲਮ ਆ ਰਹੀ ਹੈ, ਇਹ ਆ ਰਹੀ ਹੈ ਜੀ, ਤਾਂ ਉਹ ਕਰੈਕਸ਼ਨ ਵਿੰਡੋ ਇਹਦੇ ਵਿੱਚ ਤੁਹਾਨੂੰ ਮਿਲ ਰਹੀ ਹੈ। ਇਹਦੇ ਵਿੱਚ ਤੁਹਾਡੀ 23/10 ਤੋਂ ਲੈ ਕੇ 11/11 ਤੱਕ ਕਰੈਕਸ਼ਨ ਵਿੰਡੋ ਰਹੇਗੀ, ਠੀਕ ਹੈ ਜੀ। ਤਾਂ 7-8 ਦਿਨ ਦੇ ਟਾਈਮ ਪੀਰੀਅਡ ਦੇ ਵਿੱਚ ਇਹ ਤੁਸੀਂ ਆਪਦਾ ਕਰੈਕਸ਼ਨ ਹੈ ਜਿਹੜੀ ਉਹ ਕਰ ਸਕਦੇ ਹੋ, ਅਗਰ ਕੁਛ ਗਲਤ ਹੋ ਜਾਂਦਾ। ਹੁਣ ਪੋਸਟਾਂ ਕੀ ਆ ਰਹੀਆਂ ਨੇਗੀਆਂ, ਕਲਰਕ ਕਮ ਟਿਕਟ ਕਲਰਕ ਹੋ ਗਿਆ ਤੁਹਾਡਾ, ਕਮਰਸ਼ੀਅਲ ਦਾ ਅਕਾਊਂਟਸ ਕਲਰਕ ਕਮ ਟਾਈਪਿਸਟ ਹੋ ਗਏ, ਜੂਨੀਅਰ ਕਲਰਕ ਕਮ ਟਾਈਪਿਸਟ ਹੋ ਗਏ, ਟ੍ਰੇਨਸ ਕਲਰਕ ਹੋ ਗਏ, ਕਿੰਨੀ ਕਿੰਨੀ ਸੈਲਰੀ ਹੈ ਜਿਹੜੀ ਉਹ ਰਹੂਗੀ, ਠੀਕ ਹੈ ਜੀ, ਉਹਦੇ ਬਾਰੇ ਵੀ ਆਪਾਂ ਦੇਖ ਲੈਂਦੇ ਹਾਂ ਇਹਦੇ ਵਿੱਚ ਸਾਰਾ। ਕਮਰਸ਼ੀਅਲ ਕਮ ਟਿਕਟ ਕਲਰਕ ਨੇ ਜਿਹੜੇ 21,700 ਹੈ ਜੀ, ਅਤੇ ਇਹਦੇ ਵਿੱਚ 18-30 ਸਾਲ ਹੈ ਜਿਹੜੀ ਇਹ ਚਾਹੀਦੀ ਹੈਗੀ, ਠੀਕ ਹੈ। ਇਸ ਤੋਂ ਇਲਾਵਾ ਉਹਦੇ ਵੀ ਟੋਟਲ ਵੈਕੈਂਸੀਜ਼ ਨੇ ਜਿਹੜੀਆਂ 2022 ਵੈਕੈਂਸੀਆਂ ਨੇ ਟੋਟਲ ਉਹ ਰੱਖੀਆਂ ਗਈਆਂ ਨੇ, ਠੀਕ ਹੈ। ਨੈਕਸਟ, ਇਸ ਤੋਂ ਬਾਅਦ ਜਿਹੜੇ ਤੁਹਾਡੇ ਕੋਲ ਅਕਾਊਂਟਸ ਕਲਰਕ ਕਮ ਟਾਈਪਿਸਟ ਨੇਗੇ, ਇਹਦੇ ਵਿੱਚ ਜਿਹੜੀਆਂ ਭਾਈ 19,900 ਜਿਹੜੀ ਤੁਹਾਡੀ ਉਹ ਸੈਲਰੀ ਰਹੂਗੀ। 18-30 ਸਾਲ ਹੈ ਜਿਹੜੀ ਏਜ ਹੈ ਜੀ, 361 ਹੈ ਜਿਹੜੀ ਤੁਹਾਡੇ ਕੋਲ ਉਹ ਵੈਕੈਂਸੀ ਹੈ ਭਾਈ ਪਾਈ ਗਈ ਹੈਗੀ, ਠੀਕ ਹੈ। ਜੂਨੀਅਰ ਕਲਰਕ ਕਮ ਟਾਈਪਿਸਟ ਹੈ ਜਿਹੜੇ 19,900, 18-30 ਸਾਲ, 990 ਹੈ ਜਿਹੜੀਆਂ ਤੁਹਾਡੀਆਂ ਉਹ ਪੋਸਟਾਂ ਆਈਆਂ ਨੇਗੀਆਂ। ਟ੍ਰੇਨਸ ਕਲਰਕ ਰੱਖਣਾ ਇਹਨਾਂ ਨੇ 19,900, 18-30 ਸਾਲ, ਅਤੇ 72 ਜਿਹੜੀਆਂ ਪੋਸਟਾਂ ਨੇ ਉਹ ਆਈਆਂ ਨੇ। ਤਾਂ 3445 ਕੁੱਲ ਪੋਸਟਾਂ ਨੇ ਜਿਹੜੀਆਂ ਉਹ ਤੁਹਾਡੀਆਂ ਭਾਈ ਇਹਨਾਂ ਨੇ ਰਿਲੀਜ਼ ਕੀਤੀਆਂ ਨੇ, ਠੀਕ ਹੈ ਜੀ। ਤਾਂ ਨੈਕਸਟ ਆਪਾਂ ਜਿਹੜਾ ਇਹਦੇ ਵਿੱਚ ਰਿਲੈਕਸੇਸ਼ਨ ਜਿਹੜੀ ਏਜ ਦੀ ਦਿੱਤੀ ਗਈ ਹੈ ਉਹਦੇ ਬਾਰੇ ਆਪਾਂ ਦੇਖ ਲੈਂਦੇ ਹਾਂ। ਏਜ ਰਿਲੈਕਸੇਸ਼ਨ ਕੀ ਦਿੱਤੀ ਗਈ ਹੈ ਜੀ, ਚੱਲ ਭਾਈ, ਇੱਥੇ 3-3 ਸਾਲ ਦਾ ਇਹਨਾਂ ਨੇ ਗੈਪ ਹੈ ਜਿਹੜਾ ਏਜ ਰਿਲੈਕਸੇਸ਼ਨ ਦਾ ਦਿੱਤਾ ਸੀ ਜੀ, ਆਪਾਂ ਉਸ ਪੁਆਇੰਟ 'ਤੇ ਹੀ ਚੱਲ ਵੜ ਦਿਆਂਗੇ। ਇਹਦੇ ਵਿੱਚ ਆ ਗਿਆ ਤੁਹਾਡੇ ਕੋਲ ਓਕੇ ਮੈਡੀਕਲ ਸਟੈਂਡਰਡਸ, ਹਾਂ ਸੱਚ, ਮੈਡੀਕਲ ਸਟੈਂਡਰਡਸ ਵੀ ਆਪਾਂ ਦੇਖਦੇ ਹਾਂ, ਇਹਦੀ ਵੀ ਆਪਾਂ ਗੱਲ ਕਰਨੀ ਹੈ।
ਮੈਡੀਕਲ ਸਟੈਂਡਰਡਸ ਦੇ ਵਿੱਚ ਕੀ ਚਾਹੀਦਾ ਜੀ? A3 ਫਿਜ਼ੀਕਲੀ ਫਿਟ ਔਨ ਆਲ ਸਪੈਕਟ ਏਰੀਆਜ਼, ਜਿਹੜਾ ਵਿਜ਼ਨ ਹੈ ਤੁਹਾਡਾ ਉਹ ਦੱਸਿਆ ਗਿਆ ਜੀ 6-9 6-9 ਵਿਦ ਔਰ ਵਿਦਆਊਟ ਗਲਾਸਿਸ ਜਿਹੜਾ ਚਾਹੀਦਾ, ਨੀਅਰ ਵਿਜ਼ਨ ਹੈ ਜਿਹੜਾ, ਇਹ ਸਾਰੇ ਮੈਡੀਕਲ ਸਟੈਂਡਰਡਸ ਹੋ ਗਏ। ਤੁਸੀਂ ਕਲਰ ਵਿਜ਼ਨ ਦਾ ਟੈਸਟ ਹੈ ਜਿਹੜਾ ਉਹ ਪਾਸ ਕੀਤਾ ਹੋਣਾ ਚਾਹੀਦਾ, ਬਾਇਨੋਕੁਲਰ ਵਿਜ਼ਨ ਹੈ ਜਿਹੜਾ, ਨਾਈਟ ਵਿਜ਼ਨ ਹੈ ਜਾਂ ਮਾਈਕੋਪਿਕ ਵਿਜ਼ਨ ਹੈ ਜਿਹੜਾ, ਉਹ ਤੁਹਾਡਾ ਕਲੀਅਰ ਹੋਣਾ ਚਾਹੀਦਾ, ਠੀਕ ਹੈ ਜੀ। ਇਹਦੇ ਵਿੱਚ ਫਿਜ਼ੀਕਲੀ ਫਿੱਟ ਹੈ ਜਿਹੜਾ, ਕਿਹੜੇ ਹੋਰ ਖੇਤਰਾਂ 'ਚ ਚਾਹੀਦਾ ਤੁਹਾਡਾ, B2 ਦੀ ਕੈਟਾਗਰੀ ਹੈਗੀ, C2 ਦੀ ਕੈਟਾਗਰੀ ਹੈਗੀ, ਇਹਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ। ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਫਿਜ਼ੀਕਲ ਫਿੱਟ ਨੇ ਉਹ ਭਾਈ ਇਹਦੇ ਵਿੱਚ ਅਪਲਾਈ ਕਰ ਸਕਦੇ ਨੇ, ਠੀਕ ਹੈ ਜੀ। ਨੈਕਸਟ, ਨੈਸ਼ਨੈਲਿਟੀ ਹੈ ਜਿਹੜੀ ਤੁਹਾਡੀ, ਇੰਡੀਅਨ ਸਿਟੀਜ਼ਨ ਹੋਣੇ ਚਾਹੀਦੇ ਹੋ ਤੁਸੀਂ। ਇਸ ਤੋਂ ਇਲਾਵਾ ਨੇਪਾਲ ਭੂਟਾਨ ਦੇ ਜਿਹੜੇ ਸਿਟੀਜ਼ਨ ਨੇ ਉਹ ਇਹਦੇ ਵਿੱਚ ਅਪਲਾਈ ਕਰ ਸਕਦੇ ਨੇ ਜੀ, ਜਾਂ ਤੁਹਾਡੇ ਇਹਦੇ ਨਾਲ ਰਿਲੇਟਡ ਆ ਗਏ। ਉਸ ਤੋਂ ਇਲਾਵਾ ਜੋ ਤਿੱਬਤਨ ਰਿਫਿਊਜੀ ਆ ਗਏ ਜਿਹੜੇ 1 January 1962 ਤੋਂ ਪਹਿਲਾਂ ਇੱਧਰ ਆਏ ਸੀ, ਉਹ ਕਰ ਸਕਦੇ ਨੇ। ਇਸ ਤੋਂ ਇਲਾਵਾ ਅ ਪਰਸਨ ਆਫ ਇੰਡੀਅਨ ਓਰੀਜਨ ਹੂ ਹੈਜ਼ ਮਾਈਗ੍ਰੇਟਡ ਫਰੋਮ ਪਾਕਿਸਤਾਨ, ਬਰਮਾ, ਸ਼੍ਰੀਲੰਕਾ, ਈਸਟ ਅਫਰੀਕਨ ਕੰਟਰੀਜ਼, ਕੇਨੀਆ, ਯੁਗਾਂਡਾ, ਯੂਨਾਈਟਡ ਰਿਪਬਲਿਕ ਆਫ ਟਨਜ਼ੀਨੀਆ, ਜ਼ਾਂਬੀਆ, ਮਲਵਈ, ਜ਼ੈਰ, ਇਥੋਪੀਆ, ਵੀਅਤਨਾਮ, ਇੱਥੋਂ ਦੇ ਜਿਹੜੇ ਤੁਹਾਡੇ ਭਾਈ ਜਿਹੜੇ ਰਿਫਿਊਜੀ ਆਏ ਨੇ ਅਤੇ ਇੰਡੀਆ ਦੇ ਵਿੱਚ ਰਹਿ ਰਹੇ ਨੇ ਗੇ, ਉਹ ਵੀ ਤੁਹਾਡਾ ਇਸ ਪੋਸਟ ਦੇ ਲਈ ਅਪਲਾਈ ਕਰ ਸਕਦੇ ਨੇ। ਹੁਣ ਆਪਣੇ ਕੋਲ ਏਜ ਲਿਮਿਟ ਹੈਗੀ, ਇਹ ਆਪਾਂ ਦੇਖਣੀ ਹੈ, ਠੀਕ ਹੈ ਜੀ। ਹੁਣ ਜਿਹੜੀ ਤੁਹਾਡੀ ਇਹ ਏਜ ਲਿਮਿਟ ਹੈ, ਏਜ 18 to 33 ਸਾਲ ਜਾਂ 23 ਸਾਲ ਹੈ ਜਿਹੜੀ ਉਹ 30 ਸਾਲ ਰੱਖੀ ਗਈ ਹੈਗੀ, ਅਤੇ ਇਹਦੇ ਵਿੱਚ ਜਿਹੜਾ ਤੁਹਾਡਾ ਅਨਰਿਜ਼ਰਵ ਅਤੇ EWS ਕੈਟਾਗਰੀ ਹੈ ਉਹਦੀ ਜਿਹੜੀ ਏਜ ਹੈ 2-1-1992 ਤੋਂ ਉੱਪਰ ਨਹੀਂ ਹੋਣੀ ਚਾਹੀਦੀ। OBSC ਜਿਹੜਾ ਨੋਨ ਕ੍ਰੀਮੀ ਲੇਅਰ ਹੈ ਉਹਦੀ 2-1-1999 ਤੋਂ ਉੱਪਰ ਨਹੀਂ ਹੋਣੀ ਚਾਹੀਦੀ। SC ST 2-1-1987 ਅਤੇ ਜਿਹੜੇ ਬਾਕੀ ਦੇ ਤੁਹਾਡੇ ਜਿਹੜੇ ਕਮਿਊਨਿਟੀ ਕੈਟਾਗਰੀਜ਼ ਆ ਗਈਆਂ ਉਹਨਾਂ ਦੇ ਲਈ 2007 ਹੈ ਜਿਹੜੀ ਉਹ ਇਹਨਾਂ ਨੇ ਭਾਈ ਏਜ ਲਿਮਿਟ ਹੈ ਜਿਹੜੀ ਰੱਖੀ ਹੈਗੀ, ਠੀਕ ਹੈ। ਇਸ ਚੀਜ਼ ਦਾ ਤੁਸੀਂ ਆਪਣਾ ਧਿਆਨ ਰੱਖਣਾ ਹੈਗਾ। ਨੈਕਸਟ, ਇਸ ਤੋਂ ਬਾਅਦ ਹੁਣ ਜਿਹੜੇ ਤੁਹਾਡੇ ਅਲੱਗ ਤੋਂ ਵੀ ਆਪਣੇ ਲਈ ਇਹ ਕੈਟਾਗਰੀ ਆ ਗਈ, ਐਕਸ ਸਰਵਿਸ ਮੈਨ ਦੀ ਆਪਾਂ ਗੱਲ ਕਰ ਲੈਂਦੇ ਹਾਂ, ਇਹਦੇ ਵਿੱਚ ਤੁਹਾਡਾ 3 ਈਅਰ ਰੱਖਿਆ ਗਿਆ EWS ਅਨਰਿਜ਼ਰਵ ਦੇ ਲਈ, OBC ਲਈ 6 ਸਾਲ ਹੈ ਜੀ, SC ST ਦੇ ਲਈ 8 ਸਾਲ ਹੈਗੀ, ਠੀਕ ਹੈ। ਪਰਸਨ ਵਿਦ ਡਿਸਬਿਲਿਟੀ ਅਪਾਹਜ ਜਿਹੜੇ ਹੈਗੇ ਉਹਨਾਂ ਦੀ ਵੀ ਆਪਣੇ ਕੋਲ ਆ ਗਈ 10 ਸਾਲ ਦੀ ਛੋਟ ਹੈ, OBC 13 ਸਾਲ ਦੀ, SC ST 15 ਸਾਲ ਦੀ ਛੋਟ ਹੈਗੀ, ਠੀਕ ਹੈ ਜੀ। ਜੇ ਜਿਹੜੇ ਤੁਹਾਡੇ ਆਲਰੇਡੀ ਕੰਮ ਕਰ ਰਹੇ ਨੇ ਗਰੁੱਪ C ਜਾਂ ਗਰੁੱਪ D ਦੇ ਵਿੱਚ, ਜਿਹੜੇ ਆਲਰੇਡੀ ਕੰਮ ਕਰ ਰਹੇ, ਜਿਹਨਾਂ ਨੂੰ ਘੱਟੋ ਘੱਟ 3 ਸਾਲ ਹੋ ਗਏ ਕੰਮ ਕਰਦਿਆਂ ਨੂੰ, ਅਨਰਿਜ਼ਰਵ ਅਤੇ EWS 40 ਸਾਲ ਏਜ ਹੋ ਸਕਦੀ ਹੈ, OBS ਦੀ 43 ਹੋ ਸਕਦੀ ਹੈ, SC ST ਦੇ ਲਈ 45 ਸਾਲ ਏਜ ਹੋ ਸਕਦੀ ਹੈ ਜੀ। ਤਾਂ ਇਹ ਭਾਈ ਇਹਨਾਂ ਦਾ ਏਜ ਵੇਰੀਏਸ਼ਨ ਹੈ ਜਿਹੜਾ ਇਹਨਾਂ ਨੇ ਦੱਸਿਆ ਹੈਗਾ। ਇਸ ਤੋਂ ਇਲਾਵਾ ਜਿਹੜੇ ਰੇਲਵੇ ਔਰਗਨਾਈਜੇਸ਼ਨ 'ਚ ਹੋਰ ਵੀ ਕੰਮ ਕਰ ਰਹੇ ਨੇ ਉਹਨਾਂ ਦੇ ਲਈ ਵੀ ਇਹਨਾਂ ਨੇ 5-5 ਸਾਲ ਦੀ ਛੋਟ ਹੈ ਜਿਹੜੀ ਉਹ ਦਿੱਤੀ ਹੈ। ਵੂਮੈਨ ਜਿਹੜੇ ਤੁਹਾਡੇ ਕੋਲ ਡਾਇਵੋਰਸੀ ਨੇ ਗੇ, ਜਿਵੇਂ ਕਹਿੰਦਾ ਭਾਵ ਕਿ ਜੋ ਵਿਧਵਾ ਨੇ, ਡਾਇਵੋਰਸ ਹੋ ਗਏ ਜਾਂ ਸੈਪਰੇਟਡ ਨੇ, ਉਹਨਾਂ ਨੂੰ 35 ਸਾਲ, 38 ਸਾਲ, 40 ਸਾਲ ਜੋ ਅਨਰਿਜ਼ਰਵ OBC ਅਤੇ SC ST ਨੂੰ ਉਹ ਛੋਟ ਹੈ ਉਹ ਇਹਨਾਂ ਨੇ ਭਾਈ ਜਾਰੀ ਕੀਤੀ ਹੈਗੀ, ਠੀਕ ਹੈ। ਨੈਕਸਟ, ਫੀਸ, ਜਿੰਨੇ ਵੀ ਤੁਹਾਡੇ ਹੁਣ ਕੈਂਡੀਡੇਟਸ ਆ ਗਏ ਇਹਦੇ ਵਿੱਚ ਤੁਹਾਡੇ ਲਵੇ, ਹੁਣ ਬੇਸਿਕਲੀ ਪਰਸਨ ਵਿਦ ਡਿਸੇਬਿਲਿਟੀ ਆ ਗਿਆ, SC ST ਆ ਗਿਆ, OBC ਆ ਗਿਆ, ਵੂਮੈਨ ਆ ਗਈ, ਠੀਕ ਹੈ ਜੀ, ਅਤੇ ਇਸ ਤੋਂ ਇਲਾਵਾ ਤੁਹਾਡੇ ਕੋਲ ਜੋ ਐਕਸ ਸਰਵਿਸ ਮੈਨ ਆ ਗਏ, ਸਾਰਿਆਂ ਦਾ ਯਾਰ ਜਿਹੜਾ ਤੁਹਾਡਾ ਸਿਸਟਮ ਹੈਗਾ ਉਹ 250 ਰੱਖਿਆ ਫੀਸ ਇਹਨਾਂ ਨੇ, ਤਾਂ ਇਹਦੀ ਫੀਸ ਹੈ ਜਿਹੜੀ ਤੁਹਾਡੀ ਉਹ ਟੋਟਲ 250 ਹੈਗੀ। ਤਾਂ ਹੁਣ ਇਹਦੇ ਵਿੱਚੋਂ ਇਕੱਲਾ ਅਨਰਿਜ਼ਰਵ ਹੀ ਬਾਕੀ ਰਿਹਾ ਵਿਚਾਰਾ, ਠੀਕ ਹੈ। ਉਹ ਜਿਹੜਾ ਬੰਦਾ ਰਹਿ ਗਿਆ ਭਾਈ ਉਹਦੀ ਜਿਹੜੀ ਫੀਸ ਹੈ, ਕਹਿੰਦੇ ਉਹ 500 ਫੀਸ ਹੈਗੀ, ਬਟ ਜਿਹਦੇ ਵਿੱਚ ਮੇਨ ਫੰਡਾ ਕਿਹੜਾ ਹੈਗਾ ਉਹ ਇਹ ਹੈ ਕਿ ਅਗਰ ਤੁਸੀਂ ਪਹਿਲੇ CBT ਦੇ ਵਿੱਚ ਅਪੀਅਰ ਕਰਦੇ ਹੋ, ਕਹਿਣ ਦਾ ਭਾਵ ਪਹਿਲਾ ਕੰਪਿਊਟਰ ਬੇਸਡ ਟੈਸਟ ਹੈ ਜਿਹੜਾ ਤੁਸੀਂ ਦੇ ਦਿੰਦੇ ਹੋ, 2 ਸਟੇਜਸ ਦੇ ਵਿੱਚ ਟੈਸਟ ਹੋਊਗਾ, ਤਾਂ ਤੁਹਾਡਾ ਜਿਹੜਾ 400 ਹੈ ਉਹ ਰਿਫੰਡ ਹੋ ਜੂਗਾ ਜੀ, 400 ਦੇ ਵਿੱਚ ਰਿਫੰਡ ਹੋ ਜੂ, 100 ਕੱਟਾ ਜੋ। ਬਟ ਇਹਦੇ ਲਈ ਓਬਵੀਅਸਲੀ ਇੱਕ ਮਿਨੀਮਮ ਸਕੋਰ ਹੈ ਜਿਹੜਾ ਉਹ ਪਾਸ ਕਰਨਾ ਚਾਹੀਦਾ ਜੀ, ਫਿਰ ਹੀ ਤੁਹਾਨੂੰ ਇਹ ਮਿਲਦਾ ਹੁੰਦਾ, ਠੀਕ ਹੈ। ਅਤੇ ਪੇਮੈਂਟ ਹੈ ਜਿਹੜੀ ਤੁਹਾਡੀ ਉਹ ਔਨਲਾਈਨ ਹੋਏਗੀ ਭਾਈ, ਔਨਲਾਈਨ ਮੋਡ ਹੈ ਜਿਹੜਾ ਇਹਨਾਂ ਨੇ ਉਹ ਰੱਖਿਆ ਹੋਇਆ, ਅਤੇ ਬਾਕੀ ਡੇਟ ਆਪਾਂ ਇਹਦੀ ਦੇਖ ਹੀ ਲਈ,
ਕਿ ਕਿਸ ਤਰ੍ਹਾਂ ਦੇ। ਬਾਕੀ ਇਹਨਾਂ ਨੇ ਭਾਈ ਰਿਜ਼ਰਵੇਸ਼ਨ ਹੈ ਜਿਹੜੀ ਉਹ ਤੁਹਾਡੀ ਦੱਸੀ ਹੈ ਵੀ ਇਸ ਤਰ੍ਹਾਂ ਦੀ ਰਿਜ਼ਰਵੇਸ਼ਨ ਹੈ ਜਿਹੜੀ ਉਹ ਆਏਗੀ, ਜਿਵੇਂ EWS ਦੇ ਲਈ 50,000 ਦੱਸੇ ਇਹਨਾਂ ਨੇ, ਠੀਕ ਹੈ, ਇੰਨਾ ਮਕਾਨ ਨਹੀਂ ਹੋਣਾ ਚਾਹੀਦਾ, ਇੰਨੀ ਜ਼ਮੀਨ ਨਹੀਂ ਹੋਣੀ ਚਾਹੀਦੀ, ਉਹ ਸਾਰਾ ਮਸਲਾ ਆ ਗਿਆ ਯਾਰ। ਉਹਨਾਂ ਚੀਜ਼ਾਂ 'ਤੇ ਆਪਾਂ ਮੱਥਾ ਨਾ ਮਾਰੀਏ, ਕੰਮ ਦੀ ਚੀਜ਼ 'ਤੇ ਚੱਲੀਏ, ਆਪਾਂ ਪੇਪਰ ਵਗੈਰਾ ਦੇਖ ਲਈਏ, ਕੰਮ 'ਤੇ ਚਲੋ ਯਾਰ। ਇੱਥੇ ਆ ਗਿਆ ਤੁਹਾਡੇ ਕੋਲ, ਨਹੀਂ 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 ਉਹ ਇੰਨੇ ਕੁਛ ਤੋਂ ਕੀ ਕਰਾਉਣਾ। ਨੈਕਸਟ ਕੈਂਡੀਡੇਟ ਸਬਸਕ੍ਰਾਈਬ, ਓਕੇ ਓਕੇ, ਇਹਦਾ ਡਿਸਬਿਲਟੀ ਆ ਰਹੀ ਹੈ ਅਜੇ। ਹੁਣ ਆਪਣੇ ਲਵੇ ਆ ਗਿਆ ਪੇਪਰ, ਆਪਣੇ ਕੰਮ ਦੀ ਚੀਜ਼, ਠੀਕ ਹੈ। ਤਾਂ ਇਹਦੇ ਵਿੱਚ ਤੁਹਾਡੇ ਕੋਲ ਦੋ ਸਟੇਜਸ ਹੋਣਗੀਆਂ ਜੀ, ਦੋ ਟੈਸਟ ਹੈ ਜਿਹੜੇ ਤੁਹਾਡੇ ਕੋਲ ਉਹ ਹੋਣਗੇ। ਕਿਸ ਤਰ੍ਹਾਂ ਦੇ ਟੈਸਟ ਹੋਣਗੇ? ਪਹਿਲਾ ਜੋ ਐਗਜ਼ਾਮ ਹੋਏਗਾ, ਫਸਟ ਸਟੇਜ ਕੰਪਿਊਟਰ ਬੇਸਡ ਟੈਸਟ ਹੋਏਗਾ ਜਿਹੜਾ ਤੁਹਾਡਾ ਭਾਈ, ਉਹ ਤੁਹਾਡਾ 90 ਮਿੰਟ ਦਾ ਟੈਸਟ ਹੋਏਗਾ, ਠੀਕ ਹੈ। ਟੋਟਲ ਕੁਐਸਚਨ ਹੈ 90 ਮਿੰਟ ਦੇ ਵਿੱਚ, ਤੁਹਾਨੂੰ 100 ਮਿਲਣਗੇ। ਕਿਸ ਤਰ੍ਹਾਂ ਨਾਲ ਤੁਸੀਂ ਉਹਨਾਂ ਨੂੰ ਵੈਰੀ ਕਰੋਗੇ? 40 ਹੈ ਜਿਹੜੇ ਤੁਹਾਡੇ ਜਰਨਲ ਅਵੇਅਰਨੈਸ ਦੇ ਆਉਣਗੇ, 30 ਹੈ ਜਿਹੜੇ ਮੈਥਮੈਟਿਕਸ ਦੇ ਆਉਣਗੇ, 30 ਹੈ ਜਿਹੜੇ ਤੁਹਾਡੇ ਜਰਨਲ ਇੰਟੈਲੀਜੈਂਸ ਐਂਡ ਰੀਜ਼ਨਿੰਗ ਦੇ ਆਉਣਗੇ। ਜਰਨਲ ਅਵੇਅਰਨੈਸ ਦੇ ਵਿੱਚ ਤੁਹਾਡੀ ਜਿਹੜੀ GK ਆ ਗਈ, ਕਰੰਟ ਆ ਗਿਆ, ਇਹ ਚੀਜ਼ਾਂ ਜਾਣਗੀਆਂ, ਮੈਥਮੈਟਿਕਸ 30 ਹੋਗੀ, ਰੀਜ਼ਨਿੰਗ 30 ਹੋਗੀ, 60 ਨੰਬਰ ਦਾ ਮੈਥ ਅਤੇ ਰੀਜ਼ਨਿੰਗ ਆ ਰਿਹਾ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਇੱਕ ਵੱਡਾ ਫੈਕਟਰ ਪਲੇ ਕਰੂਗਾ ਤੁਹਾਨੂੰ ਫਸਟ ਸਟੇਜ ਜਿਹੜੇ ਕਲੀਅਰ ਕਰਾਉਣ ਦੇ ਵਿੱਚ। ਮੈਥ ਰੀਜ਼ਨਿੰਗ ਬਹੁਤ ਵੱਡਾ ਫੈਕਟਰ ਪਲੇ ਕਰਨ ਵਾਲਾ ਹੈ ਜੀ ਇਹਦੇ ਵਿੱਚ। ਹੁਣ ਇਹਨਾਂ ਦਾ ਆਪਾਂ ਡਿਟੇਲ ਵੀ ਦੇਖ ਲੈਂਦੇ ਹਾਂ ਕਿ ਕੀ ਕੁਛ ਇਹਦੇ ਵਿੱਚ ਪੁੱਛ ਰਹੇ ਨੇਗੇ। ਹੁਣ ਇਹਦੇ ਵਿੱਚ ਮੈਥਮੈਟਿਕਸ ਹੋ ਗਿਆ ਜਿਹੜਾ ਤੁਹਾਡਾ, ਮੈਥ ਦੇ ਵਿੱਚ ਕਹਿੰਦਾ ਭਾਈ ਤੁਹਾਨੂੰ ਪੇਪਰ ਦੇ ਵਿੱਚ ਨੰਬਰ ਸਿਸਟਮ ਆਊਗਾ, ਡੈਸੀਮਲ ਆਊ, ਫਰੈਕਸ਼ਨ, LCM, HCF ਆ ਗਿਆ, ਰੇਸ਼ੋ ਐਂਡ ਪ੍ਰਪੋਰਸ਼ਨ ਆ ਗਿਆ, ਪ੍ਰਸੈਂਟੇਜ ਹੋ ਗਿਆ, ਮੈਂਸੂਰੇਸ਼ਨ ਹੋ ਗਿਆ, ਟਾਈਮ ਐਂਡ ਵਰਕ, ਟਾਈਮ ਐਂਡ ਡਿਸਟੈਂਸ ਹੋ ਗਿਆ, ਸਿੰਪਲ ਐਂਡ ਕੰਪਾਊਂਡ ਇੰਟਰਸਟ ਹੋ ਗਿਆ, ਪ੍ਰੋਫਿਟ ਲੋਸ ਹੋ ਗਿਆ, ਐਲੀਮੈਂਟਰੀ ਅਲਜੈਬਰਾ। ਅਲਜੈਬਰਾ ਤੁਹਾਡੇ ਪੇਪਰ 'ਚ ਆਉਣਾ ਜੀ, ਫਸ ਗਏ ਤੁਸੀਂ ਹੁਣ। ਅਲਜੈਬਰਾ ਤੁਹਾਨੂੰ ਆਏਗਾ, ਜਿਓਮੈਟਰੀ ਤੁਹਾਨੂੰ ਆਏਗੀ, ਠੀਕ ਹੈ ਜੀ, ਟ੍ਰਿਗਨੋਮੈਟਰੀ ਇਹ ਪੁੱਛਣਗੇ, ਅਤੇ ਐਲੀਮੈਂਟਰੀ ਦਾ ਜਿਹੜਾ ਤੁਹਾਡਾ ਸਟੈਟਿਸਟਿਕਸ ਹੈ ਉਹ ਵੀ ਤੁਹਾਨੂੰ ਆਏਗਾ। ਅਲਜੈਬਰਾ ਜਿਓਮੈਟਰੀ ਜਿਹੜੀ ਉਹ ਵੀ ਤੁਹਾਨੂੰ ਮੈਥ ਦੇ ਵਿੱਚ ਇਹਦੀ ਕਰਨੀ ਪਏਗੀ, ਠੀਕ ਹੈ ਜੀ। ਜਰਨਲ ਇੰਟੈਲੀਜੈਂਸ ਦੇ ਵਿੱਚ ਕੀ ਆਊਗਾ ਤੁਹਾਡਾ? ਕਹਿੰਦਾ ਭਾਈ ਅਨਾਲੋਜੀਸ ਆਉਣਗੀਆਂ, ਕੰਪਲੀਸ਼ਨ ਆਫ ਨੰਬਰ ਐਂਡ ਅਲਫਾਬੈਟੀਕਲ ਸੀਰੀਜ਼। ਰੀਜ਼ਨਿੰਗ ਦਾ ਆ ਗਿਆ ਜੀ, ਸੋਰੀ, ਰੀਜ਼ਨਿੰਗ ਦਾ ਏਰੀਆ ਆ ਗਿਆ, ਕੋਡਿੰਗ ਐਂਡ ਡਿਕੋਡਿੰਗ ਆ ਗਈ, ਮੈਥਮੈਟੀਕਲ ਓਪਰੇਸ਼ਨਸ ਆ ਗਏ, ਸਿਮਿਲੈਰਿਟੀਜ਼ ਐਂਡ ਡਿਫਰੈਂਸਿਸ ਆ ਗਏ, ਠੀਕ ਹੈ ਜੀ, ਰਿਲੇਸ਼ਨਸ਼ਿਪ ਆ ਗਿਆ, ਇਹਦਾ ਵਿਊ, ਉਹਦਾ ਵਿਊ, ਉਹ ਵਾਲਾ ਕੰਸੈਪਟ ਆ ਗਿਆ, ਐਨਾਲਿਟੀਕਲ ਰੀਜ਼ਨਿੰਗ ਆ ਗਈ, ਸਲੋਜਿਸਮ ਹੋ ਗਿਆ, ਜੰਬਲਿੰਗ, ਵੈਨ ਡਾਇਗ੍ਰਾਮ ਆ ਗਈ, ਸਟੇਟਮੈਂਟ ਕੋਰਸਿਸ ਆ ਗਏ ਤੁਹਾਡੇ, ਐਕਸ਼ਨ ਦੇ ਪਜ਼ਲ ਹੋ ਗਈ, ਡਾਟਾ ਸਫੀਸ਼ੀਐਂਸੀ ਹੋ ਗਈ, ਡਿਸੀਜ਼ਨ ਮੇਕਿੰਗ ਹੋ ਗਈ, ਮੈਪਸ ਹੋ ਗਏ, ਐਂਟਰੀ ਇੰਟਰਪ੍ਰੀਟੇਸ਼ਨ ਆਫ ਗ੍ਰਾਫਸ ਹੋ ਗਈ, ਅਤੇ ਕੰਕਲੂਜਨਸ ਨੇ ਜਿਹੜੇ ਸਟੇਟਮੈਂਟ ਕੰਕਲੂਜਨ, ਉਹ ਵੀ ਤੁਹਾਨੂੰ ਭਾਈ ਪੇਪਰ ਦੇ ਵਿੱਚ ਆਉਣਗੇ, ਪੇਪਰ ਵਧੀਆ ਆਊਗਾ, ਪੇਪਰ ਮਾੜਾ ਨਹੀਂ ਆਉਣ ਲੱਗਿਆ ਦਾ, ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਹੁਣ ਆਪਾਂ ਜਰਨਲ ਅਵੇਅਰਨੈਸ ਦੇ ਵਿੱਚ ਦੇਖ ਲਈਏ, ਇਹ ਪਹਿਲੀ ਸਟੇਜ ਦੇਖ ਰਹੇ ਆਪਾਂ, ਪਹਿਲੀ ਸਟੇਜ ਦਾ ਮਸਲਾ ਇਹ, ਠੀਕ ਹੈ ਜੀ। ਦੂਜੀ ਸਟੇਜ ਦੇ ਵਿੱਚ ਤੁਹਾਡਾ ਜਿਹੜਾ ਏਰੀਆਜ਼ ਨੇ ਚੇਂਜ ਹੋ ਜਾਣਗੇ, ਅਤੇ ਇਸ ਤੋਂ ਇਲਾਵਾ ਵੱਧ ਜੂਗਾ, ਟਫ ਆਊਗਾ ਦੂਸਰੀ ਸਟੇਜ ਇਹਦੇ ਵਿੱਚ। ਹੁਣ ਇਹਦੇ ਵਿੱਚ ਕਰੰਟ ਅਫੇਅਰ ਆਊਗਾ ਜੀ, ਕਰੰਟ ਇਵੈਂਟਸ ਹੋ ਗਏ ਨੈਸ਼ਨਲ ਅਤੇ ਇੰਪੋਰਟੈਂਟ ਦੇ, ਠੀਕ ਹੈ, ਗੇਮ ਐਂਡ ਸਪੋਰਟਸ ਹੋ ਗਿਆ ਤੁਹਾਡਾ, ਆਰਟ ਐਂਡ ਕਲਚਰ ਹੋ ਗਿਆ ਇੰਡੀਆ ਦਾ, ਇੰਡੀਅਨ ਲਿਟਰੇਚਰ ਹੋ ਗਿਆ, ਮੋਨੂਮੈਂਟਸ ਹੋ ਗਏ, ਪਲੇਸਿਸ ਆਫ ਇੰਡੀਆ ਹੋ ਗਏ, ਜਰਨਲ ਸਾਇੰਸ ਹੋ ਗਈ, ਲਾਈਫ ਸਾਇੰਸ ਹੋ ਗਈ, 10ਵੀਂ ਤੱਕ ਦੀ ਜਰਨਲ ਸਾਇੰਸ ਹੈ ਜਿਹੜੀ ਤੁਹਾਨੂੰ ਪੇਪਰ ਦੇ ਵਿੱਚ ਆਊਗੀ ਭਾਈ, ਹਿਸਟਰੀ ਆਫ ਇੰਡੀਆ ਹੋ ਗਿਆ, ਫਰੀਡਮ ਸਟਰਗਲ ਹੋ ਗਿਆ ਤੁਹਾਡਾ, ਫਿਜ਼ੀਕਲ, ਸੋਸ਼ਲ, ਇਕਨੋਮਿਕ, ਜੀਓਗ੍ਰਾਫੀ ਆਫ ਇੰਡੀਆ ਐਂਡ ਵਰਲਡ, ਠੀਕ ਹੈ ਜੀ, ਇੰਡੀਅਨ ਪੋਲਿਟੀ ਐਂਡ ਗਵਰਨੈਂਸ ਹੋ ਗਈ, ਕੋਨਸਟੀਟਿਊਸ਼ਨ ਆਊਗਾ, ਪੋਲੀਟੀਕਲ ਸਿਸਟਮ ਆਊਗਾ, ਜਨਰਲ ਸਾਇੰਟਿਫਿਕ ਐਂਡ ਟੈਕਨੋਲੋਜੀਕਲ ਡਿਵੈਲਪਮੈਂਟ ਆਊਗੀ, ਇਨਕਲੂਡਿੰਗ ਸਪੇਸ ਐਂਡ ਨਿਊਕਲੀਅਰ ਪ੍ਰੋਗਰਾਮ ਆਫ ਇੰਡੀਆ। ਸਪੈਸ਼ਲ ਮੈਂਸ਼ਨ ਹੈ ਸਪੇਸ ਐਂਡ ਨਿਊਕਲੀਅਰ ਪ੍ਰੋਗਰਾਮ ਆਫ ਇੰਡੀਆ, ਇਹ ਤੁਹਾਨੂੰ ਆਊਗਾ। UN ਐਂਡ ਅਦਰ ਇੰਪੋਰਟੈਂਟ ਵਰਲਡ ਆਰਗਨਾਈਜੇਸ਼ਨਸ, ਇਨਵਾਇਰਮੈਂਟਲ ਇਸ਼ੂਜ ਕੰਸਰਨਿੰਗ ਇੰਡੀਆ ਐਂਡ ਵਰਲਡ ਐਟ ਲਾਰਜ, ਬੇਸਿਕ ਆਫ ਕੰਪਿਊਟਰਸ, ਕੰਪਿਊਟਰ ਐਪਲੀਕੇਸ਼ਨ,
ਕਾਮਨ ਐਬਰੀਵੇਸ਼ਨਸ ਟਰਾਂਸਪੋਰਟ ਸਿਸਟਮ ਇਨ ਇੰਡੀਆ, ਇੰਡੀਅਨ ਇਕਾਨਮੀ, ਫੇਮਸ ਪਰਸਨੈਲਿਟੀਜ਼ ਆਫ ਇੰਡੀਆ ਐਂਡ ਵਰਲਡ, ਫਲੈਗਸ਼ਿਪ ਗਵਰਨਮੈਂਟ ਪ੍ਰੋਗਰਾਮਸ, ਫਲੋਰਾ ਐਂਡ ਫੌਨਾ ਆਫ ਇੰਡੀਆ, ਇੰਪੋਰਟੈਂਟ ਗਵਰਨਮੈਂਟ ਐਂਡ ਪਬਲਿਕ ਸੈਕਟਰ ਔਰਗਨਾਈਜੇਸ਼ਨਸ ਆਫ ਇੰਡੀਆ, ਕੈਂਡ ਪੇਪਰ ਹੈ ਵੀ ਸਾਰਾ ਕੁਛ ਹੀ ਇਹਦੇ ਵਿੱਚ ਤੁਹਾਡਾ ਆ ਰਿਹਾ ਹੈ। ਜੇ ਤੁਸੀਂ ਪੰਜਾਬ ਦੇ ਗਰੁੱਪ ਬੀ ਦੀ ਤਿਆਰੀ ਕਰ ਰਹੇ ਹੋ ਤਾਂ ਪੇਪਰ ਤੁਹਾਡੇ ਲਈ ਹੈ ਇਹ, ਠੀਕ ਹੈ ਜੀ। ਸਿੰਪਲ ਜੀ ਚੀਜ਼ ਹੈ, ਪੰਜਾਬ ਦਾ ਗਰੁੱਪ ਬੀ ਤੁਸੀਂ ਪ੍ਰਿਪੇਅਰ ਕਰ ਰਹੇ ਹੋ ਨਾ ਤਾਂ ਸਾਰਾ ਆ ਜੂ। ਪੰਜਾਬ ਦਾ ਗਰੁੱਪ ਪੀ ਜਿਹੜਾ ਤੁਹਾਡਾ PPSC ਆ ਗਿਆ, UPSC ਆ ਗਿਆ, ਇਹ ਸੈਕਟਰ ਹੈ ਜਿਹੜਾ ਇਹਨੂੰ ਕਵਰ ਕਰਦਾ ਜੀ, ਜਨਰਲ ਅਵੇਅਰਨੈਸ ਦਾ ਇਹਦੇ ਵਿੱਚੋਂ ਆਊਗਾ। ਬਟ ਤੁਹਾਡਾ ਮੈਥ ਰੀਜਨਿੰਗ ਹੈ ਜਿਹੜਾ ਉਹ ਤੁਹਾਡਾ ਸਟਰੋਂਗ ਹੋਣਾ ਚਾਹੀਦਾ ਇਹਦੇ ਵਿੱਚ, ਠੀਕ ਹੈ ਜੀ। ਵੀ ਕੀ ਭਾਈ ਚੀਜ਼ਾਂ ਨੇ ਉਹ ਤੁਹਾਡੀਆਂ ਆਉਣੀਆਂ ਚਾਹੀਦੀਆਂ ਨੇ, ਇਹਨੂੰ ਕਲੀਅਰ ਕਰਨ ਦੇ ਲਈ ਬਹੁਤ ਵਧੀਆ ਸਿਲੇਬਸ ਹੈ ਜਿਹੜਾ ਪਾਇਆ ਹੋਇਆ ਭਾਈ। ਨੈਕਸਟ, ਮਿਨੀਮਮ ਪਰਸੈਂਟੇਜ ਆਫ ਮਾਰਕਸ ਫੋਰ ਰਿਜਲਟ ਐਲੀਜੀਬਿਲਟੀ ਇਨ ਵੇਰੀਅਸ ਕੈਟਗਰੀਜ਼, ਅਨਰਿਜ਼ਰਵ 40%, EWC 40%, OBC 30, SC 30, ST 25, ਠੀਕ ਹੈ ਜੀ। ਇਹ ਆ ਗਏ ਤੁਹਾਡੇ ਮਿਨੀਮਮ ਮਾਰਕਸ ਜਿਹੜੇ ਤੁਸੀਂ ਲੈਣੇ ਆ। ਅਗਰ ਤੁਸੀਂ ਇਹਨੇ ਸਕਿਓਰ ਕਰ ਲਏ ਤਾਂ ਤੁਹਾਡਾ 400 ਰਿਫੰਡ ਹੋ ਜੂਗਾ, ਠੀਕ ਹੈ। ਦੂਸਰੀ ਚੀਜ਼, ਹੁਣ ਸੈਕਿੰਡ ਸਟੇਜ, ਪਹਿਲੇ 'ਚੋਂ ਜਿਹੜੇ ਤੁਹਾਡੇ ਸ਼ਾਰਟ ਲਿਸਟ ਹੋ ਗਏ ਉਹਨਾਂ ਦਾ ਸੈਕਿੰਡ ਸਟੇਜ ਐਗਜ਼ਾਮ ਹੋਊਗਾ ਜੀ। ਇਹਦੇ ਵਿੱਚ ਤੁਹਾਡੇ ਕੋਲ ਦੁਬਾਰਾ ਫਿਰ ਤੋਂ ਹੁਣ 90 ਨੰਬਰ ਦਾ ਜਿਹੜਾ ਤੁਹਾਡਾ ਉਹ ਪੇਪਰ ਆ ਰਿਹਾ ਹੈਗਾ, 90 ਨੰਬਰ ਦੇ ਮਿੰਟ ਦੇ ਵਿੱਚ ਪੇਪਰ ਦੇ ਵਿੱਚ 120 ਨੰਬਰ ਦਾ ਪੇਪਰ ਆ ਰਿਹਾ, 120 ਕੁਸ਼ਚਨ ਆ ਜਿਹੜੇ ਉਹਦੇ ਵਿੱਚ ਹੋਣਗੇ, 90 ਮਿੰਟ ਨੇਗੇ। ਇਹਦੇ ਵਿੱਚ ਹੁਣ ਜਨਰਲ ਅਵੇਅਰਨੈਸ 50 ਨੰਬਰ ਦੀ ਹੋਊਗੀ, ਮੈਥਮੈਟਿਕਸ 35 ਦਾ ਹੋਗਾ, ਅਤੇ ਜਿਹੜੀ ਇੰਟੈਲੀਜੈਂਸ ਅਤੇ ਰੀਜਨਿੰਗ ਹੈ ਉਹ ਵੀ 35 ਦੀ ਹੋਊਗੀ, ਠੀਕ ਹੈ ਜੀ। ਤਾਂ ਹੁਣ ਟੋਟਲ ਕੁਸ਼ਚਨ ਤੁਹਾਡੇ ਕੋਲ 120 ਹੋ ਗਏ, ਟਾਈਮ ਬਰਾਬਰ ਦਾ 90 ਮਿੰਟ ਨੇ, ਬੈਂਕਿੰਗ ਵਾਲਾ ਹਿਸਾਬ ਕਰੀ ਜਾਂਦੇ ਨੇ ਬਈ ਇਹ, ਠੀਕ ਹੈ ਜੀ। ਤਾਂ ਇਹ ਭਾਈ ਕਹਿੰਦਾ ਤੁਸੀਂ ਦੂਸਰੇ ਟੈਸਟ ਦੇ ਵਿੱਚ ਦੇਣਾ ਹੈ, ਠੀਕ ਹੈ। ਹੁਣ ਇਹਦੇ ਵਿੱਚ ਆਪਾਂ ਦੇਖੀਏ, ਹੁਣ ਦੇਅਰ ਵਿਲ ਬੀ ਮਾਰਕਿੰਗ ਐਂਡ 1-3 ਮਾਰਕਸ ਸ਼ੈਲ ਬੀ ਡਿਡਕਟਡ ਫੋਰ ਈਚ ਰੋਂਗ ਆਨਸਰ, ਦੇਅਰ ਵਿਲ ਬੀ ਆ ਨੈਗਟਿਵ ਮਾਰਕਿੰਗ। ਇੱਕੋ ਟਾ 3 ਹੈ ਜਿਹੜਾ ਤੁਹਾਡਾ ਭਾਈ, ਉਹ ਜੇ ਤੁਸੀਂ ਗਲਤ ਲਾਉਂਦੇ ਹੋ ਉਹ ਕੱਟਿਆ ਜਾਊਗਾ, 1.4 ਨਹੀਂ ਹੈਗਾ, ਇੱਥੇ 33% ਕੱਟੇ ਜਾਣਗੇ ਹੁਣ, ਠੀਕ ਹੈ, ਮਲਟੀਪਲ ਚੋਇਸ ਦੇ ਵਿੱਚ। ਇਹਦੇ ਵਿੱਚ ਕੀ ਆਊਗਾ, ਇਹ ਆਖਦਾ ਸੇਮ ਚੀਜ਼ ਆ, ਸਾਰਾ ਉਹੀ ਚੀਜ਼ ਤੁਹਾਡੀ ਸਾਮੀ ਹੈ ਜਿਹੜੀ CBD 2 ਦੇ ਵਿੱਚ ਹੈ, ਬਟ ਲੈਂਥ ਇਨਕਰੀਜ਼ ਹੋਜੂਗੀ, ਡੈਫਥ ਇਨਕਰੀਜ਼ ਹੋ, ਪਹਿਲੇ ਦੇ ਵਿੱਚ ਘੱਟ ਆਊ, ਦੂਸਰੀ ਡੈਫਥ ਹੈ ਜਿਹੜੀ ਉਹ ਤੁਹਾਡੀ ਡੂੰਘਾਈ ਦੇ ਵਿੱਚ ਆਊਗੀ। ਤਾਂ ਇਹ ਭਾਈ ਤੁਹਾਡਾ ਪੇਪਰ ਹੈ ਜਿਹੜਾ ਰਹਿਣ ਵਾਲਾ, ਠੀਕ ਹੈ। ਕੰਪਿਊਟਰ ਬੇਸਡ ਟੈਸਟ ਹੈ ਜਿਹੜਾ ਤੁਹਾਡਾ ਉਹ ਹੋ ਗਿਆ, CBD ਹੋ ਗਿਆ, ਤਾਂ ਇਸ ਤੋਂ ਬਾਅਦ ਕਹਿੰਦਾ ਟਾਈਪਿੰਗ ਸਕਿੱਲ ਟੈਸਟ ਹੈ ਜਿਹੜਾ ਤੁਹਾਡਾ ਨਾਲ ਦੀ ਨਾਲ ਹੀ ਹੋਊਗਾ, ਜਦੋਂ ਤੁਹਾਡਾ ਕਹਿੰਦਾ ਭਾਈ ਸੈਕਿੰਡ ਸਟੇਜ CBD ਹੈ ਜਿਹੜਾ ਉਹ ਕਲੀਅਰ ਹੋਊਗਾ। ਟਾਈਪਿੰਗ ਸਕਿੱਲ ਟੈਸਟ ਦੇ ਵਿੱਚ ਕੀ ਚਾਹੀਦਾ, ਕਹਿੰਦਾ ਫੋਰ ਦਾ ਪੋਸਟ ਆਫ ਅਕਾਊਂਟ ਕਲਰਕ ਕਮ ਟਾਈਪਿਸਟ ਐਂਡ ਜੂਨੀਅਰ ਕਲਰਕ ਕਮ ਟਾਈਪਿਸਟ, ਟਾਈਪਿੰਗ ਸਕਿੱਲ ਟੈਸਟ ਆਫ ਕੁਆਲੀਫਾਇੰਗ ਨੇਚਰ ਸ਼ੈਲ ਬੀ ਕੰਡਕਟਡ ਫੋਰ ਵਿਚ ਆਫ ਦਾ ਨੰਬਰਸ ਕੈਂਡੀਡੇਟਸ ਇਕੁਅਲ ਟੂ 8 ਟਾਈਮਸ ਦਾ ਨੰਬਰ ਆਫ ਵੈਕੈਂਸੀ। ਛੱਡ ਯਾਰ ਕੰਮ ਦੀ ਚੀਜ਼ ਦੱਸ, ਦਾ ਕੈਂਡੀਡੇਟ ਸ਼ੁੱਡ ਬੀ ਏਬਲ ਟੂ ਟਾਈਪ 30 ਵਰਡਸ ਪਰ ਮਿੰਟ, 30 ਵਰਡਸ ਹੈ ਜਿਹੜੇ ਤੁਹਾਡੇ ਉਹ ਇੰਗਲਿਸ਼ ਦੇ ਆਉਣੇ ਚਾਹੀਦੇ ਨੇ ਤੁਹਾਨੂੰ, 30 ਵਰਡਸ ਪਰ ਮਿੰਟ ਹੈ ਜਿਹੜੀ ਤੁਹਾਡੀ ਉਹ ਇੰਗਲਿਸ਼ ਦੀ ਸਪੀਡ ਹੋਣੀ ਚਾਹੀਦੀ ਹੈ, 25 ਵਰਡਸ ਪਰ ਮਿੰਟ ਕਾਹਦੀ ਸਪੀਡ ਹੋਣੀ ਚਾਹੀਦੀ ਹੈ, ਹਿੰਦੀ ਦੀ, ਦੋਨੇ ਚਾਹੀਦੇ ਨੇ, ਠੀਕ ਹੈ ਜੀ। ਹੁਣ ਇਹਦੇ ਵਿੱਚ ਕੀ ਚੀਜ਼ ਲਿਖੀ ਹੋਈਆਂ ਨੇ, ਔਰ ਦਾ ਮਤਲਬ ਕੀ ਹੁੰਦਾ ਹੈ, ਜਾਂ, ਦੋਨੇ ਚਾਹੀਦੇ ਨੇ ਤੁਹਾਡਾ ਇਹ ਭਾਈ ਜੋ ਪਰਸਨਲ ਕੰਪਿਊਟਰ ਆਪਾਂ ਯੂਜ ਕਰਦੇ ਹਾਂ ਉਹ 'ਤੇ ਕਹਿੰਦਾ ਵਿਦਆਊਟ ਯੂਜਿੰਗ ਐਨੀ ਐਡੀਟਿੰਗ ਟੂਲਸ, ਵੀ ਕੋਈ ਚੀਟਿੰਗ ਨਹੀਂ ਕਰਨੀ ਭਾਈ ਤੁਸੀਂ ਇਹਦੇ ਵਿੱਚ, ਠੀਕ ਹੈ। ਤਾਂ ਤੁਹਾਨੂੰ ਇਹ ਜਿਹੜੀ ਸਪੀਡ ਹੈ ਉਹ ਚਾਹੀਦੀ ਹੈ, ਟੈਸਟ ਹੋਊਗਾ ਇਹਦੇ ਲਈ, ਠੀਕ ਹੈ। ਕਿਹੜੇ ਕਿਹੜੇ ਦੇ ਲਈ ਟੈਸਟ ਹੋਊਗਾ ਤੁਹਾਡਾ ਉਹ ਆਪਾਂ ਜਿਵੇਂ ਪਹਿਲਾਂ ਦੇਖ ਚੁੱਕੇ ਹਾਂ ਇੱਥੇ, ਹੁਣ ਆਪਾਂ ਦੇਖ ਵੀ ਲੈਂਦੇ ਹਾਂ। ਹੁਣ ਇਹਦੇ ਵਿੱਚ ਤੁਹਾਡੇ ਕੋਲ ਅਕਾਊਂਟਸ ਕਲਰਕ ਕਮ ਟਾਈਪਿਸਟ ਹੈ, ਟਾਈਪਿੰਗ ਟੈਸਟ ਹੈਗਾ, ਜੂਨੀਅਰ ਕਲਰਕ ਕਮ ਟਾਈਪਿਸਟ ਹੈ, ਟਾਈਪਿੰਗ ਟੈਸਟ ਹੈ, ਟ੍ਰੇਨਸ ਕਲਰਕ ਹੋ ਗਿਆ, ਕਮਰਸ਼ੀਅਲ ਕਮ ਟਿਕਟ ਕਲਰਕ ਹੋ ਗਏ, ਜਿਹੜੇ ਇਹਨਾਂ ਦੇ ਲਈ ਕੋਈ ਟੈਸਟ ਨਹੀਂ ਹੈਗਾ ਟਾਈਪਿੰਗ ਦਾ, ਬਟ ਇਹਦੇ ਲਈ ਕੀ ਹੋਊਗਾ, CBD ਹੋਊ, ਫਸਟ ਹੋਊ, ਸੈਕਿੰਡ ਹੋਊਗਾ, ਦੂਸਰੇ ਦੇ ਵਿੱਚ ਇਹਦੇ ਕੋਈ ਟੈਸਟ ਜਿਹੜਾ ਪਈ ਉਹ ਨਹੀਂ ਹੈਗਾ, ਠੀਕ ਹੈ ਜੀ। ਤਾਂ ਨੋਰਮਲਾਈਜੇਸ਼ਨ ਹੈ ਜਿਹੜੀ ਉਹ ਤੁਹਾਡੀ ਲੱਗੂਗੀ, ਹਾਊ ਟੂ ਪਲੈਨ, ਨੋਰਮਲਾਈਜੇਸ਼ਨ ਤਾਂ ਹੋਣੀ ਹੈ ਯਾਰ, ਸ਼ਿਫਟਾਂ ਦੇ ਵਿੱਚ ਪੇਪਰ ਹੋਣਗੇ, ਨੋਰਮਲਾਈਜੇਸ਼ਨ ਹੀ ਹੋਊਗੀ ਫਿਰ।
ਅਪਲਾਈ ਕਿੱਦਾਂ ਕਰਨਾ ਕਹਿੰਦਾ ਤੁਸੀਂ। ਇਸ ਤੋਂ ਬਾਅਦ ਅਪਲਾਈ ਕਰਨ ਦੇ ਲਈ ਕਹਿੰਦਾ ਭਾਈ ਤੁਸੀਂ ਪੈਰਾ 20 ਪੜ੍ਹੋ। ਇਹ ਕਿੱਧਰ ਮਾਰਿਆ ਨੇ, ਚਲੋ ਕੋਈ ਗੱਲ ਨਹੀਂ। RRB ਦੀ ਕਹਿੰਦਾ ਵੈਬਸਾਈਟ 'ਤੇ ਜਾਓ ਜੀ, ਉੱਥੇ ਜਾ ਕੇ ਕਹਿੰਦਾ ਭਾਈ ਤੁਸੀਂ ਆਪਣਾ ਸਿਸਟਮ ਹੈ ਜਿਹੜਾ ਫਿਲਆਊਟ ਕਰ ਸਕਦੇ ਹੋ। ਬਾਕੀ ਚੀਜ਼ਾਂ ਯਾਰ ਤੁਹਾਡੀਆਂ ਸੇਮ ਹੀ ਰਹਿ ਜਾਂਦੀਆਂ ਜੋ ਆਪਾਂ SSC ਦੇ ਵਿੱਚ ਪੜ੍ਹਦੇ ਹੁੰਦੇ ਹਾਂਗੇ। ਵੀ ਤੁਹਾਡਾ ਆਪਣਾ ਮੋਬਾਈਲ ਨੰਬਰ ਹੋਣਾ ਚਾਹੀਦਾ, ਆਪਣੀ ਵੈਲਿਡ ID ਹੋਣੀ ਚਾਹੀਦੀ ਹੈ, ਇੱਕ ਵਧੀਆ ਫੋਟੋ ਹੋਣੀ ਚਾਹੀਦੀ ਹੈਗੀ, ਠੀਕ ਹੈ ਜੀ। ਇਹਨਾਂ ਚੀਜ਼ਾਂ ਨਾਲ ਤੁਸੀਂ ਅਪਲਾਈ ਕਰ ਸਕਦੇ ਹੋਗੇ ਅਤੇ ਉਹ 'ਤੇ ਜਾ ਕੇ ਆਪਣੀ ਜੋ ਇੱਕ ਕਹਿ ਸਕਦੇ ਅਕਾਊਂਟ ਕ੍ਰੀਏਟ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਆਪਣਾ ਅਪਲਾਈ ਕਰ ਸਕਦੇ ਹੋਗੇ। ਹੁਣ 30 KB ਤੋਂ 70 KB ਹੈ ਜਿਹੜਾ, ਇਹ ਸਾਰਾ ਸੇਮ ਸਾਈਜ਼ ਜਿਹੜਾ ਤੁਹਾਡਾ ਜਨਰਲੀ ਚੱਲਦਾ ਹੁੰਦਾ ਹੈਗਾ, ਠੀਕ ਹੈ ਜੀ। ਬਾਕੀ ਇਹਨਾਂ ਨੇ ਦੱਸਿਆ ਵੀ ਆ ਸਟੈਪਸ ਕੀ ਨੇ ਤੁਹਾਡੇ, ਅਤੇ ਜ਼ਿਆਦਾ ਜੇ ਤੁਸੀਂ ਇਹ ਚੀਜ਼ ਹੈ ਜਿਹੜੀ ਤੁਹਾਡੀ ਜਿਸ ਤਰ੍ਹਾਂ ਦਾ ਪੇਪਰ ਹੈਗਾ, ਅਗਰ ਤੁਸੀਂ ਅਪਲਾਈ ਕਰਨਾ ਤਾਂ ਤੁਹਾਨੂੰ ਇਹ ਐਟਲੀਸਟ ਅਪਲਾਈ ਕਰਨਾ ਤਾਂ ਆਉਣਾ ਚਾਹੀਦਾ। ਜਿਸ ਤਰ੍ਹਾਂ ਦੇ ਪੇਪਰ ਆਉਣਗੇ, ਦੋ ਪੇਪਰ ਆਉਣਗੇ, ਟਾਈਪਿੰਗ ਆਊਗੀ ਤਾਂ ਕੰਪਿਊਟਰ ਦੀ ਇੰਨੀ ਨੌਲੇਜ ਹੋਣੀ ਚਾਹੀਦੀ ਕਿ ਸਰ ਕਿਸ ਤਰ੍ਹਾਂ ਤੁਸੀਂ ਅਪਲਾਈ ਕਰਨਾ, RRB ਦੀ ਵੈਬਸਾਈਟ 'ਤੇ ਜਾ ਕੇ ਅਪਲਾਈ ਕਰਨਾ ਹੈਗਾ, ਠੀਕ ਹੈ ਜੀ। ਇਹ ਚੀਜ਼ ਤੁਹਾਨੂੰ ਦੱਸ ਦਿੱਤੀ ਗਈ ਹੈ। ਤਾਂ ਇਹ ਸੀ ਆਪਣਾ ਜਿਹੜਾ ਭਾਈ ਤੁਸੀਂ 12ਵੀਂ ਦੇ ਆਧਾਰ 'ਤੇ ਪੋਸਟਾਂ ਦੀ ਗੱਲ ਕਰ ਰਹੇ ਸੀ, ਇਹ ਇੰਪੋਰਟੈਂਟ ਡਾਟਾ ਜਿਹੜਾ ਆਪਣਾ ਆਇਆ। ਬਾਕੀ ਦਾ ਮੈਨੂੰ ਲੱਗ ਨਹੀਂ ਰਿਹਾ ਵੀ ਇਹਦੇ ਵਿੱਚ ਕੁਛ ਹੋਰ ਕੋਈ ਖਾਸ ਹੈ। ਸੈਂਟਰ 'ਚ ਇਹਨਾਂ ਨੇ ਦਿੱਤੇ ਹੋਣਗੇ ਮੇ ਬੀ, ਇਹਨਾਂ ਨੇ ਸੈਂਟਰ ਦਿੱਤੇ ਨੇ ਜੀ। ਇਹਦੇ ਵਿੱਚ ਆਪਣੇ ਕੰਮ ਦਾ ਹੈਗਾ ਚੰਡੀਗੜ੍ਹ, RRBCDG.gov.in। ਇਹਦੇ ਵਿੱਚ ਇਹ ਆ ਗਿਆ ਤੁਹਾਡਾ ਚੰਡੀਗੜ੍ਹ ਆ ਗਿਆ ਜੀ। ਇਹਨੂੰ ਤੁਸੀਂ ਭਾਈ ਇਹਦੀ ਵੈਬਸਾਈਟ ਹੈ ਜਿਹੜੀ ਉੱਥੇ ਜਾ ਸਕਦੇ ਹੋਗੇ, ਠੀਕ ਹੈ। ਉਹਨੂੰ ਫਿਲਆਊਟ ਕਰ ਸਕਦੇ ਹੋ, ਲਿੰਕ ਨਹੀਂ ਹੈ, ਓਪਨ ਹੋ ਜਾ। ਓ ਵੈਬ ਸਰਚ, ਵੈਰੀ ਗੁੱਡ, ਚਲੋ ਦੇਖ ਲੈਂਦੇ ਖੋਲ੍ਹ ਕੇ ਜੀ ਹੁੰਦੀ ਹੈ ਵੈਬ ਸਰਚ। ਕੋਈ ਗੱਲ ਨਹੀਂ, ਇੱਧਰੋਂ ਦੇਖ ਲੈਂਦੇ ਆਪਾਂ। ਚੱਲ ਭਾਈ, ਚਲੋ ਜੀ, ਆਪਣੇ ਪੰਜਾਬ ਦੇ ਲਈ ਤੁਹਾਡੀ ਜਿਹੜੀ ਬੋਰਡ ਦੀ ਵੈਬਸਾਈਟ ਹੈ ਇਹ ਆ ਚੁੱਕੀ ਹੈ, ਰੇਲਵੇ ਰਿਕਰੂਟਮੈਂਟ ਬੋਰਡ ਚੰਡੀਗੜ੍ਹ, ਠੀਕ ਹੈ ਜੀ। ਇੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਇਹਦੇ ਵਿੱਚ ਤੁਹਾਡੇ ਕੋਲ ਆਇਆ ਪਿਆ ਹੈਗਾ NTPC ਅੰਡਰ ਗ੍ਰੈਜੂਏਟ ਸੈਂਟਰਲਾਈਜ਼ ਇੰਪਲੋਇਮੈਂਟ। ਆਹ ਦੇਖੋ ਜੀ ਤੁਹਾਡੇ ਲਈ ਆਇਆ ਪਿਆ, ਅਪਲਾਈ ਨਾਓ ਦਾ ਵੀ ਲਿੰਕ ਦਿੱਤਾ ਪਿਆ। ਸਿੰਪਲੀ ਜਾਣਾ ਅਤੇ ਤੁਸੀਂ ਕਲਿੱਕ ਕਰਨਾ ਜੀ, ਇਹਦੇ ਵਿੱਚ ਅਪਲਾਈ ਨਾਓ ਕਰ ਸਕਦੇ ਹੋ ਤੁਸੀਂ, ਠੀਕ ਹੈ। ਓਪਨ ਕਰੋਗੇ ਤਾਂ ਨਵਾਂ ਜਿਹੜਾ ਤੁਹਾਡਾ ਪੋਰਟਲ ਹੈ ਓਪਨ ਹੋ ਜਾਏਗਾ। ਆਈ ਥਿੰਕ ਇਹਦੇ ਵੀ ਤੁਹਾਡੀ ਜੋ ਡਿਟੇਲ ਵਗੈਰਾ ਉਹ ਸਾਰੀ ਮੰਗੇਗਾ ਤੁਹਾਡੇ ਤੋਂ। ਹਾਂਜੀ ਹਾਂਜੀ, ਅੰਡਰ ਗ੍ਰੈਜੂਏਟਸ ਦੇ ਲਈ ਚਾਹੀਦਾ ਸਾਨੂੰ, ਇਹ ਵਾਲਿਆਂ ਦੇ ਲਈ। ਓਏ ਭਾਈ, ਨੋਟੀਫਿਕੇਸ਼ਨ ਨਹੀਂ ਚਾਹੀਦਾ। ਚਲੋ ਤਾਂ ਇੱਥੋਂ ਤੁਸੀਂ ਜਿਹੜੀ ਆਪਣੀ ਪੋਸਟ ਹੈ ਜੀ ਜਿਹੜੀ ਉਹ RBI ਦੀ RRB ਦੀ ਜਾ ਕੇ ਅਪਲਾਈ ਕਰ ਸਕਦੇ ਹੋਗੇ, ਠੀਕ ਹੈ ਜੀ। ਤਾਂ ਇਹ ਤੁਹਾਡੀ ਪਲੱਸ ਟੂ ਬੇਸਿਸ 'ਤੇ ਬਣੀ ਰਹੇਗੀ, ਬਟ ਤੁਹਾਨੂੰ ਜਿਹੜੀ ਨੌਲੇਜ ਹੈਗੀ ਉਹ ਕੰਪਿਊਟਰ ਦੀ ਅਤੇ ਗ੍ਰੈਜੂਏਸ਼ਨ ਦੇ ਜਿਹੜੀਆਂ ਪੋਸਟਾਂ ਨੇ ਉਹਨਾਂ ਦੇ ਵਿੱਚ ਵੀ ਆਈ ਥਿੰਕ ਕੁਝ ਕੰਪਿਊਟਰ ਦੀਆਂ ਪੋਸਟਾਂ ਹੈਗੀਆਂ ਨੇ, ਉਹਨਾਂ 'ਚ ਕੰਪਿਊਟਰ ਦੀ ਨੌਲੇਜ ਚਾਹੀਦੀ ਹੈ। ਇਹ ਤੁਹਾਨੂੰ ਕੰਪਿਊਟਰ ਦੀ ਸਪੈਸੀਫਿਕਲੀ ਚਾਹੀਦੀ ਹੈ, ਕਲਰਕ ਵਗੈਰਾ ਦੇ ਅਕਾਊਂਟਸ ਵਗੈਰਾ ਦੇ ਕੰਮ ਹੈਗੇ ਨੇ, ਜਿਹਨਾਂ ਦੇ ਵਿੱਚੋਂ ਸਿਰਫ ਜੋ ਅਕਾਊਂਟ ਹੋ ਗਿਆ ਅਤੇ ਜਿਹੜਾ ਤੁਹਾਡਾ ਕਲਰਕ ਕੰਮ ਟਾਈਪਿਸਟ ਹੋ ਗਿਆ ਉਹਦੇ ਲਈ ਤੁਹਾਨੂੰ ਟਾਈਪਿੰਗ ਟੈਸਟ ਵੀ ਹੋ ਗਿਆ, ਨਹੀਂ ਤੁਹਾਡੇ 2 CBD ਹੋਣਗੇ ਇਹਦੇ ਵਿੱਚ, ਠੀਕ ਹੈ ਜੀ। ਤਾਂ ਇਹ ਆਪਣੀ ਕੰਪਲੀਟ ਇਨਫੋਰਮੇਸ਼ਨ ਹੈਗੀ। ਬਾਕੀ ਹੋਰ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਈ ਕਮੈਂਟ ਕਰ ਦਿਓ, ਕੋਈ ਜਿਹੜਾ ਤੁਹਾਡਾ ਸੂਝਵਾਨ ਹੋਇਆ ਜਿਸ ਨੂੰ ਪਤਾ ਹੋਇਆ ਉਹ ਦੱਸ ਸਕਦੇ। ਬਾਕੀ ਮੈਨੂੰ ਟਾਈਮ ਲੱਗਿਆ ਤਾਂ ਮੈਂ ਵੀ ਫਾਈਂਡ ਆਊਟ ਕਰਕੇ ਉਹ ਤੁਹਾਨੂੰ ਦੱਸ ਦੇਵਾਂਗਾ, ਠੀਕ ਹੈ ਜੀ। ਚਲੋ ਧੰਨਵਾਦ।